सत श्री अकाल जी, हरजिंदर वालिया यूट्यूब चैनल ते तुहाडा स्वागत। प्यारे दर्शको, अज मेरी बीवी कहन लगी कि तुहानू पता है कि कुलजीत कपूर नहीं रही। हालांकि मैनू पहला पता सी, मैं आख्या मैनू पता सी पर मैं जान के नहीं दस्या। ये कुलजीत कपूर पंजाबी यूनिवर्सिटी पटियाला दे विच संस्कृत दी असिस्टेंट प्रोफेसर सी। कैंपस दे विच ओ मेरे घर दे सामने रहिंदी सी ते उस तो बाद ओ कनेडा शिफ्ट करके ते जदों मैं कनेडा गया तो मैनूं पता लग्या सी कि उत्थे उन्हें अपनी चंगी जिहड़ी है दुकान चलाई हुई है, जिहड़ी मेडिटेशन जां लोकां दे मसलियां दा हल करना ते इस तरह दा जिहड़ा उन्हां नूं मैं हुण उहदा की नौ लवां के उहदी ज्योतिष विद्या टाइप जो काम हुंदे ने उह सारे उह कर दिखाउंदी सी। ते विचारी चली गई, कुलजीत चीमा बन गई सी उह विआह तों बाद। सो इत्थे क्योंकि मेरी सांझ सी उहदे नाल, उहनां नाल सांझ दा बड़ा कारण होर भी सी। इत्थे एक नैचुरोपैथी दा हस्पताल हुंदा सी, मैं ते कुलजीत सवेरे सवेरे उस हस्पताल दे विच जा के नैचुरोपैथी बारे कुछ सिखदे सी, कुछ प्रैक्टिस करदे सी ते इह लगातार चलदा सी साडा। ਇਕੱਠੇ ਆਉਣ ਜਾਣ ਕਰਕੇ ਵੀ ਸਾਡੀ ਸਾਂਝ ਵੱਧ ਗਈ ਸੀ। ਔਰ ਫਿਰ ਸਾਡੇ ਜਿਹੜੇ ਉਸ ਵੇਲੇ ਦੇ ਵਾਈਸ ਚਾਂਸਲਰ ਡਾਕਟਰ ਜਗਿੰਦਰ ਸਿੰਘ ਪਵਾਰ, ਉਹਨਾਂ ਦੀ ਮਿਸਿਜ਼ ਉਹਨਾਂ ਨਾਲ ਜਾਣ ਲੱਗ ਗਈ। ਫਿਰ ਇੱਥੋਂ ਤਿੰਨ ਬੰਦੇ ਉਸ ਨੈਚੁਰੋਪੈਥੀ ਦੇ ਕੈਂਪ 'ਚ ਅਸੀਂ ਜਾਂਦੇ ਸੀ। ਐਨੀਵੇ ਉਦੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਉਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਆਓ, ਉੱਥੇ ਸਾਡੇ ਨੇੜੇ ਇੱਕ ਫਿਲੋਸਫੀ ਦੇ ਪ੍ਰੋਫੈਸਰ ਸੀ, ਉੱਥੇ ਕੋਈ ਬੰਦਾ ਆਇਆ, ਆਪਾਂ ਉੱਥੇ ਕੁਛ ਸਿੱਖਾਂਗੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਫਾਇਦਾ ਦਿਓ। ਹਾਲਾਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਕੈਨੇਡਾ ਜਾ ਕੇ ਉਸ ਟੈਕਨੀਕ ਨੇ ਉਹਨਾਂ ਨੂੰ ਫਾਇਦਾ ਦਿੱਤਾ, ਪਰ ਕਿਉਂਕਿ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਸੀ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਖਾਸ ਤੌਰ 'ਤੇ ਜਿਹੜਾ ਭਵਿੱਖ ਦੱਸਣਾ, ਇਹ ਮੈਨੂੰ ਨਹੀਂ ਕਦੇ ਵੀ ਚੰਗਾ ਲੱਗਿਆ। ਉਹਦੇ ਪਿੱਛੇ ਵੀ ਇੱਕ ਕਹਾਣੀ ਹੈ। ਅਸਲ ਦੇ ਵਿੱਚ ਉਹ ਕਹਾਣੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ। ਉਹ ਕਹਾਣੀ ਇਹ ਹੈ ਕਿ ਮੈਂ ਪੜ੍ਹਦਾ ਸੀ ਸਕੂਲ ਦੇ ਵਿੱਚ, ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਅਹਿਮਦਗੜ੍ਹ ਦੇ ਵਿੱਚ। ਹਾਕੀ ਖੇਡਦੇ ਸੀ, NCC ਕਰਦੇ ਸੀ, ਸਹਿਤ ਸਭਾ ਬਣਾ ਲਈ ਸੀ, ਸਾਹਿਤ ਪੜ੍ਹਦੇ ਸੀ, ਇਹੋ ਜਿਹਾ ਕੁਛ ਕਰਦੇ ਸੀ, ਲੇਕਿਨ ਸਿਲੇਬਸ ਦੀਆਂ ਕਿਤਾਬਾਂ ਘੱਟ ਪੜ੍ਹਦੇ ਸੀ। ਤੋ ਹਾਕੀ ਖੇਡਣ ਕਰਕੇ ਦੋਸਤਾਂ ਨੇ ਗਰੁੱਪ ਵੀ ਬਣ ਜਾਂਦੇ ਨੇ, ਜਿਵੇਂ ਉੱਥੇ ਉਹ ਵੀ ਬਣ ਗਏ ਸੀ। ਅਤੇ ਜਿਹੜੇ ਟੀਚਰ ਸਾਡੇ ਨਾਲ ਦੋ ਤਿੰਨ ਹਾਕੀ ਖੇਡਦੇ ਸੀ, ਉਹਨਾਂ 'ਚੋਂ ਇੱਕ ਟੀਚਰ ਦਾਤਾਨ ਸ਼ਰਮਾ ਜੀ, ਉਹਨਾਂ ਦਾ ਕਿਤੇ ਕਿਸੇ ਸਟੂਡੈਂਟ ਨਾਲ ਕੋਈ ਉੱਥੇ ਟਿਊਸ਼ਨ ਪੜ੍ਹਨ ਆਉਂਦੇ ਸੀ ਬੀਬਾ, ਉਹਨਾਂ ਨਾਲ ਪ੍ਰੇਮ ਹੋ ਗਿਆ ਅਤੇ ਉਹ ਦੋ ਇੰਟਰਕਾਸਟ ਸੀ, ਇਹ ਪੰਡਿਤ ਸੀ, ਉਹ ਕੋਈ ਹੋਰ ਸੀ। ਚਲੋ ਜਦੋਂ ਮੈਰਿਜ ਅਤੇ ਨਾ ਮੰਨੇ, ਉਮਰ ਦਾ ਵੀ ਫਰਕ ਸੀ, ਤਾਂ ਦੋਨੇ ਉਹ ਘਰੋਂ ਚਲੇ ਗਏ, ਜਿਹਨੂੰ ਅੱਜ ਕੱਲ੍ਹ ਦੀ ਬੋਲੀ 'ਚ ਕਹਿੰਦੇ ਨੇ ਕਿ ਭੱਜ ਗਏ। ਅਤੇ ਜਿਹੜੀ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਹੈ, ਉਹਨਾਂ ਨੇ ਜਿਹੜਾ ਹੈ ਉਸ ਟੀਚਰ ਨੂੰ ਕੱਢਤਾ ਸਕੂਲ 'ਚੋਂ, ਕਿਉਂਕਿ ਸਾਡੇ ਨਾਲ ਉਹਨਾਂ ਦੇ ਖੇਡਣ ਕਰਕੇ ਬਹੁਤ ਚੰਗੇ ਰਿਲੇਸ਼ਨ ਸੀ। ਉਹ ਤਾਂ ਕਈ MA ਕੀਤੀ ਹੋਈ ਸੀ ਉਹਨਾਂ ਦੀ। ਅਤੇ ਮੈਨੂੰ ਲੱਗਿਆ ਕਿ ਪੜ੍ਹ ਲਿਖਣ ਵਾਲਾ ਟੀਚਰ ਜਿਹੜਾ ਸਾਹਿਤ ਪੜ੍ਹਦਾ ਹੈ ਅਤੇ ਸਾਹਿਤ ਪੜ੍ਹਾਉਂਦਾ, ਗੱਲਬਾਤ ਕਰਦਾ, ਉਮਰ ਵੀ ਐਸੀ ਸੀ। ਅਤੇ ਉਸ ਵੇਲੇ ਅਸੀਂ ਉਸ ਸਕੂਲ ਟੀਚਰ ਮਾਸਟਰ ਦਾਤਾ ਰਾਮ ਦੇ ਹੱਕ ਦੇ ਵਿੱਚ ਸਟ੍ਰਾਈਕ ਕਰਤੀ। ਮੇਰੇ ਯਾਦ ਹੈ ਅਸੀਂ ਸ਼ਹਿਰ ਦੇ ਵਿੱਚ, ਛੋਟਾ ਜਿਹਾ ਕਸਬਾ, ਸਕੂਲ ਦੇ ਵਿੱਚ ਪਹਿਲੀ ਵਾਰ ਸਟ੍ਰਾਈਕ ਹੋਈ ਸੀ। ਔਰ ਇੱਕ ਇਕੱਲੀ ਸਟ੍ਰਾਈਕ ਨਹੀਂ, ਅਸੀਂ ਜਲੂਸ ਕੱਢਿਆ। ਔਰ ਉਹਨਾਂ ਦਿਨਾਂ 'ਚ ਇੱਕ ਕਲਕੱਤੇ ਦੇ ਵਿੱਚ ਬਿਸ਼ਨ ਬੇਦੀ ਇੱਕ ਟੈਸਟ ਮੈਚ 'ਚੋਂ ਕੱਢਤਾ ਸੀ, ਉੱਥੇ ਪੋਸਟਰ ਲੱਗੇ ਸੀ, ਨੋ ਬੇਦੀ ਨੋ ਮੈਚ।
ਤੇ ਮੈਂ ਉੱਥੋਂ ਆਈਡੀਆ ਲੈ ਕੇ ਨੋ ਦਾਤਾਰਾਮ ਨੋ ਸਕੂਲ ਪੋਸਟਰ ਛਪਾ ਲਏ। ਜਿਹੜੀ ਵਿਰੋਧੀ ਧਿਰ ਸੀ ਉਹ ਲੁਕਵੇਂ ਤਰੀਕੇ ਨਾਲ ਸਾਡੀ ਮਾੜੀ ਮੋਟੀ ਆਰਥਿਕ ਮਦਦ ਵੀ ਕਰ ਗਈ। ਉਦੋਂ ਮੈਨੂੰ ਪਤਾ ਲੱਗਿਆ ਸਿਆਸਤ ਕਿਵੇਂ ਚੱਲਦੀ ਹੁੰਦੀ ਹੈ। ਔਰ ਇਹ ਸਾਰਾ ਕੁਛ ਚੱਲਦਾ ਰਿਹਾ, ਅਸੀਂ ਆਪਦੀ ਮੰਗ 'ਤੇ ਅੜ ਗਏ। ਦਸੰਬਰ ਦਾ ਮਹੀਨਾ ਸੀ, ਧੁੰਦ ਪੈ ਰਹੀ ਸੀ, ਸਕੂਲ 'ਚ ਨਹੀਂ, ਅਸੀਂ ਦੋਨੇ ਗੇਟ ਰੋਕ ਲੈਣੇ ਅਤੇ ਬਹੁਤ ਸਾਰੇ ਸਾਡੇ ਕਾਲਜ ਦੇ ਜਿਹੜੇ ਸਾਥੀ ਸੀ, ਬ੍ਰਦਰ ਦੇ ਦੋਸਤ ਸੀ, ਉਹ ਸਾਰੇ ਸਾਡੇ ਨਾਲ ਆ ਗਏ। ਯਾਨੀ ਤਕੜੀ ਸਟ੍ਰਾਈਕ ਉਹ ਸਕੂਲ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਮੰਨੀ ਜਾਂਦੀ ਹੈ। ਉਹਦੇ ਨਾਲ ਥੋੜ੍ਹਾ ਬਹੁਤਾ ਨੌਂ ਬਣ ਗਿਆ ਅਤੇ ਹੋਇਆ ਕੀ ਕਿ ਜਿਹੜੀ ਮੈਨੇਜਮੈਂਟ ਉਸ ਵੇਲੇ ਕਾਬਜ਼ ਸੀ ਸਕੂਲ 'ਤੇ, ਉਹਨਾਂ ਨੇ SSP ਕੋਲ ਅਪਰੋਚ ਕੀਤੀ ਅਤੇ ਬਾਪੂ ਥਾਣੇਦਾਰ ਸੀ, ਹੁਣ SSP ਜਿਹੜੇ ਥਾਣੇਦਾਰ ਨੂੰ ਕਹੇ ਉਹ ਕਿਵੇਂ ਨਾ ਮੰਨੇ। ਹਾਲਾਂਕਿ ਮੈਨੂੰ ਉਹਨਾਂ ਨੇ ਬੜੀ ਮਨਮੀ ਜੀਵ ਨਾਲ ਕਿਹਾ, ਕਹਿੰਦੇ ਛੱਡੋ ਸਟ੍ਰਾਈਕ ਸਟ੍ਰੂਕ ਪੜ੍ਹ ਲਿਆ ਕਰੋ, ਚਲੋ ਮੈਂ ਜਿਵੇਂ ਆਮ ਹੁੰਦਾ ਉਹ ਤਾਂ ਕੀ ਮੰਨਣੀ ਸੀ। ਅਤੇ ਅਸੀਂ ਕਿਹਾ ਜੀ ਸਾਡੇ ਸਾਈਕਲ ਧੁੱਪੇ ਖੜ੍ਹਦੇ ਨੇ, ਇੱਥੇ ਸ਼ੈੱਡ ਬਣਾਓ। ਅਤੇ ਉਹ ਸ਼ੈੱਡ ਬਣਾ ਕੇ ਬਣਾਉਣ ਦੀ ਮੰਗ ਲੈ ਕੇ ਅਸੀਂ ਉਹਨਾਂ ਨੇ ਮੰਨ ਲਈ, ਅਸੀਂ ਸਟ੍ਰਾਈਕ ਖੋਲ੍ਹਤੀ। ਚਲੋ ਅਸੀਂ ਆਪਦੀ ਜੇਤੀ ਰੈਲੀ ਵੀ ਕੀਤੀ, ਅਸੀਂ ਸਿਆਸਤ ਪੂਰੀ ਸਿੱਖੇ ਸੀ। ਤੋ ਇਹੋ ਜਿਹਾ ਕੁਛ ਕਰਦੇ ਕਰਾਉਂਦੇ। ਹੁਣ ਪੜ੍ਹਨ ਵੱਲੋਂ ਤਾਂ ਧਿਆਨ ਖਤਮ, ਜਾਂ ਤਾਂ ਨਾਵਲ ਪੜ੍ਹਨੇ, ਉਹ ਸਟੋਰੀ ਵੱਖਰੀ ਹੈ ਵੀ ਨਾਵਲ ਕਿਵੇਂ ਪੜ੍ਹਨ ਲੱਗੇ ਸੱਤਵੀਂ ਅੱਠਵੀਂ 'ਚ, ਉਹ ਫਿਰ ਕਿਸੇ ਦਿਨ ਦੱਸਾਂਗੇ। ਅਤੇ ਜਾਂ ਫਿਰ ਨੰਬਰਦਾਰੀ ਕਰਨੀ। ਅਤੇ ਇਹਨਾਂ ਦਿਨਾਂ 'ਚ ਕੀ ਹੋਇਆ, ਬਾਪੂ ਕੋਲ ਕੋਈ ਬੰਦਾ ਫਸ ਗਿਆ ਜਿਹੜਾ ਜੋਤਿਸ਼ੀ ਸੀ ਜਾਂ ਜੋਤਿਸ਼ ਜਾਣਦਾ ਸੀ। ਬੜੇ ਵੱਡੇ ਵੱਡੇ ਲੋਕ ਉਹਦੇ ਕੋਲ ਆਉਂਦੇ ਸੀ ਅਤੇ ਜਦੋਂ ਇਹ ਇੱਕ ਦੂਜੇ 'ਤੇ ਪ੍ਰਭਾਵ ਪਾਉਂਦੇ ਹੁੰਦੇ ਨੇ ਵੀ ਫਲਾਨਾ ਲੀਡਰ ਵੀ ਆਉਂਦਾ, ਫਲਾਨਾ ਵੀ ਆਉਂਦਾ, ਅਤੇ ਉਹਨੇ ਥਾਣੇਦਾਰ ਨੂੰ ਵੀ ਦੱਸਤਾ, ਕਹਿੰਦੇ ਵੀ ਤੁਹਾਡਾ ਵੱਡੀ ਸੰਤਾਨ ਤਾਂ ਬਹੁਤ ਪੜ੍ਹੂ ਅਤੇ ਮੇਰੇ ਬਾਰੇ ਕਹਿੰਦੇ ਤੁਹਾਡੀ ਜਿਹੜਾ ਛੋਟਾ ਮੁੰਡਾ ਹੈ ਨਾ ਉਹਦੇ ਯੋਗ 'ਚ ਵਿੱਦਿਆ ਯੋਗ ਨਹੀਂ ਹੈ, ਉਹਦੇ ਉਹ ਪੜ੍ਹ ਨਹੀਂ ਸਕਦਾ। ਤੁਸੀਂ ਉਹਨੇ ਸਲਾਹ ਵੀ ਦੇ ਗਿਆ ਨਾਲ, ਇਕੱਲੀ ਉਹਨੇ ਬਿਮਾਰੀ ਨੂੰ ਦੱਸੀ, ਰੈਮਡੀ ਵੀ ਦੱਸ ਕੇ ਉਹਨੂੰ ਕੋਈ ਕੰਮ ਕੁੰਮ ਲਾ ਦਿਉ ਤਾਂ ਕਿ ਉਹ ਰੋਟੀ ਦੇ ਆਰੇ ਲੱਗ ਜੂਗਾ ਕਿਸੇ ਟਾਈਮ, ਪੜ੍ਹ ਤਾਂ ਉਹ ਸਕਣਾ ਨਹੀਂ, ਪਾਸ ਤਾਂ ਉਹਨੇ ਹੋਣਾ ਨਹੀਂ। ਤੋ ਇਹ ਗੱਲ ਬਾਪੂ ਨੇ ਪਤਾ ਨਹੀਂ ਕਿਉਂ, ਇੱਕ ਤਾਂ ਵੈਸੀ ਰੈਪੂਟੇਸ਼ਨ ਇਸ ਤਰ੍ਹਾਂ ਦੀ ਸੀ ਵੀ ਸਟ੍ਰਾਈਕ ਕਰਨ ਤੋਂ ਬਾਅਦ ਤਾਂ ਕਦੇ ਸਕੂਲ ਵਿੱਚ ਸਾਰੇ ਡਰਦੇ ਨੇ, ਤੋ ਇਹ ਹੋ ਗਿਆ ਜੀ, ਇਹੋ ਜਿਹੀਆਂ ਗੱਲਾਂ ਚੱਲ ਪਈਆਂ ਸੀ। ਔਰ ਸੱਚੀ ਗੱਲ ਹੈ, ਟੀਚਰ ਥੋੜ੍ਹਾ ਬਹੁਤਾ ਮੰਨਣ, ਉਦੋਂ ਪਲੱਸ ਟੂ ਨਹੀਂ ਹੁੰਦੇ ਸੀ, ਹਾਇਰ ਸੈਕੰਡਰ 11ਵੀਂ ਤੱਕ ਹੀ ਹੁੰਦਾ ਸੀ। ਤੋ 11ਵੀਂ 'ਚ ਜਾਂਦੇ ਤੱਕ ਸਾਡੀ ਚੰਗੀ ਧਾਕ ਸੀ, ਸਿਰਫ ਭਾਸ਼ਣ ਦੇ ਨੇ ਅਤੇ ਜਿਹੜੇ ਭਾਸ਼ਣ ਮੁਕਾਬਲੇ ਉਹਨਾਂ 'ਚ ਜਾਣਾ, ਉਹ ਤਾਂ 7ਵੀਂ 'ਚ ਜਾਣਾ ਸ਼ੁਰੂ ਕਰਤਾ ਸੀ। ਅਤੇ ਬਾਕੀ ਆ ਖੇਡਣਾ NCC ਦੇ ਕੈਂਪ 'ਤੇ, ਇਹੋ ਜਿਹਾ ਕੁਛ ਜਾਂ ਸਹਿਤ ਸਭਾ ਦੇ ਫੰਕਸ਼ਨ ਕਰਨੇ। ਤੋ ਉਹ ਕਹਿੰਦੇ ਜੀ ਤਾਂ ਇਹੋ ਜਿਹਾ ਕੁਛ ਕਿਸੇ ਕਹਾਣੀ ਪੜ੍ਹੀ ਜਾਂਦਾ। ਅਤੇ ਫਿਰ ਜਦੋਂ ਪੇਪਰ ਹੋਏ ਨਾ 11ਵੀਂ ਦੇ ਰਿਜ਼ਲਟ ਹਲੇ ਆਉਣਾ ਸੀ, ਮੈਨੂੰ ਇਹ ਕਹਿ ਕੇ ਕਿ ਇਹਦੀ ਅਤੇ ਵਿੱਦਿਆ ਯੋਗ ਨਹੀਂ, ਕਿਸੇ ਮੋਟਰਸਾਈਕਲ ਦੇ ਗੈਰੇਜ ਸੀ, 5-7 ਮੁੰਡੇ ਉੱਥੇ ਕੰਮ ਕਰਦੇ ਸੀ, ਬੁਲਟ ਮੋਟਰਸਾਈਕਲ ਜਿਹੜੇ ਉਹਨਾਂ ਦਿਨਾਂ 'ਚ ਅਮੀਰ ਬੰਦਿਆਂ ਕੋਲੋਂ ਕਾਰਾਂ ਤਾਂ ਬਹੁਤ ਘੱਟ ਹੁੰਦੀਆਂ ਸੀ, ਉੱਥੇ ਲਾਤਾ ਜੀ। ਮੇਰਾ ਮਨ ਨਾ ਮੰਨੇ ਪਰ ਹੁਣ ਹੁਕਮ ਹੋ ਗਿਆ, ਜਾਣ ਲੱਗ ਗਏ। ਅਤੇ ਸਾਡੀ ਡਿਊਟੀ ਲੱਗ ਗਈ ਕਿ ਜਿਹੜਾ ਵੀ ਗਾਹਕ ਆਉਂਦਾ ਮੋਟਰਸਾਈਕਲ ਆਉਂਦਾ ਉਹਨੂੰ ਤੁਸੀਂ ਪਾਣੀ ਪਿਲਾਉਣਾ ਪਹਿਲਾਂ, ਅਤੇ ਪਾਣੀ ਅਸੀਂ ਪਿਲਾ ਦਿਆ ਕਰੀਏ। ਅੰਦਰੋਂ ਦੁਖੀ ਵੀ ਇਹ ਕੀ ਕੰਮ ਪੜ੍ਹ ਲਿਆ। ਅਤੇ ਪਰ ਹੁਣ ਕਿਉਂਕਿ ਜੋਤਿਸ਼ੀ ਨੇ ਦੱਸਿਆ ਕਿ ਰੋਜ਼ੀ ਰੋਟੀ ਇੱਥੋਂ ਹੀ ਮਿਲਣੀ ਹੈ, ਹੁਣ ਜੋਤਿਸ਼ੀ ਤਾਂ ਹੁਣ ਭਵਿੱਖਬਾਣੀ ਕੌਣ ਮੋੜ ਸਕਦਾ। ਤੋ ਇਸ ਤਰ੍ਹਾਂ ਕਈ ਦਿਨ ਨਿਕਲ ਗਏ, ਬਲਕਿ 15 ਕੁ ਦਿਨਾਂ ਬਾਅਦ ਨਾ ਇੱਕ ਘਟਨਾ ਵਾਪਰ ਗਈ। ਕੋਈ ਜਿਹੜਾ ਉੱਥੇ ਮੁੰਡਾ ਜਿਹੜਾ ਮੈਥੋਂ ਸੀਨੀਅਰ ਸੀ, ਉਸ ਮੁੰਡੇ ਦੇ ਘਰ 'ਚ ਕੋਈ ਟ੍ਰੈਜਡੀ ਹੋ ਗਈ, ਉਹ ਕੁਛ ਦਿਨ ਲਈ ਚਲਿਆ ਗਿਆ। ਮੈਨੂੰ ਉਸਤਾਦ ਜੀ ਨੇ ਬੁਲਾ ਕੇ, ਉਹ ਸਾਰੇ ਉਸਤਾਦ ਜੀ ਕਹਿੰਦੇ ਸੀ ਉਹਨੂੰ, ਉਸਤਾਦ ਜੀ ਨੇ ਕਿਹਾ ਜੀ ਤੁਸੀਂ ਆਹ ਫੜੋ ਪਊਆ, ਜਿਹੜਾ ਵੀ ਮੋਟਰਸਾਈਕਲ ਆਵੇ ਬੁਲਟ, ਸਭ ਤੋਂ ਪਹਿਲਾਂ ਤੁਸੀਂ ਪਊਆ ਤੇਲ ਪੈਟਰੋਲ ਦਾ ਕੱਢਣਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਕਿਉਂ ਕੱਢਾਂ ਨਾ, ਕਹਿੰਦੇ ਤਾਂ ਕੱਢਣਾ, ਜਵਾਬ ਨਹੀਂ ਕਹਿੰਦਾ ਦੇਈਦਾ ਹੁੰਦਾ। ਮੈਂ ਕਿਹਾ ਜੀ ਜਵਾਬ ਨਹੀਂ ਮੈਂ ਦਿੰਦਾ, ਪਰ ਮੈਂ ਪੈਟਰੋਲ ਨਹੀਂ ਕੱਢਣਾ। ਕਹਿੰਦਾ ਤੂੰ ਕੰਮ ਸਿੱਖਣਾ ਕਿ ਨਹੀਂ, ਮੈਂ ਕਿਹਾ ਮੈਂ ਕੰਮ ਸਿੱਖਣਾ ਪਰ ਮੈਂ ਚੋਰੀ ਨਹੀਂ ਸਿੱਖਣੀ। ਹੁਣ ਉਹ ਉਸਤਾਦ ਜੀ ਨੇ ਹੱਥ ਤਾਂ ਚੁੱਕਿਆ ਨਾ, ਵੈਸੇ ਤਾਂ ਮੈਂ ਕੁੱਟਦੇ ਦੇਖ ਰਿਹਾ ਸੀ, ਉਹਨੂੰ ਥੋੜ੍ਹਾ ਜਿਹਾ ਡਰ ਵੀ ਹੋਊਗਾ ਥਾਣੇਦਾਰੀ ਦਾ। ਲੇਕਿਨ ਉਹਨੇ ਕੀਤਾ ਕੀ ਕਿ ਮੈਨੂੰ ਜਵਾਬ ਦੇ ਤਾ,
ਤੇ ਗਾਲਾਂ ਵੀ ਪਈਆਂ ਘਰੇ ਪਰ ਉਹਦਾ ਫਾਇਦਾ ਵੀ ਹੋਇਆ। ਉਹ ਕਹਿੰਦੇ ਵੀ ਸਾਲ ਕਾਹਨੂੰ ਖਰਾਬ ਕਰ ਰਹੇ ਇਹਨੂੰ ਲਾ ਦਿਉ। ਅਤੇ ਅਸੀਂ ਗੌਰਮੈਂਟ ਕਾਲਜ ਮਰੇਕੋਡਾ ਲਾ ਕੇ ਨੰਬਰ ਪਾਏ ਜਿੰਨੇ ਕੁ ਆਏ। ਫਿਰ ਉਦੋਂ ਬਾਅਦ ਮਰੇਕੋਡਾ ਵੀ ਇਹੀ ਕੁਝ, ਉੱਥੇ ਇਲੈਕਸ਼ਨ ਲੜੀ, ਉੱਥੇ ਚਲੋ ਚੱਲਦੇ ਰਹੇ। ਕਲੇਰੀਅਨ ਉੱਥੇ ਸਾਡਾ ਮੈਗਜ਼ੀਨ ਹੁੰਦਾ ਸੀ, ਫਿਰ ਅਸੀਂ ਕਾਪਲਾ ਮੈਗਜ਼ੀਨ, ਪਹਿਲਾਂ ਪਰਿੰਦਾ, ਫਿਰ ਮੰਚ, ਪਹਿਲਾਂ ਬੀ ਜੀ ਐੱਮ ਸੀ ਕੀਤੀ ਯੂਨੀਵਰਸਿਟੀ 'ਚ, ਫਿਰ ਐੱਮ ਐੱਸ ਸੀ ਕੀਤੀ, ਫਿਰ ਐੱਮ ਏ ਕੀਤੀ, ਪੀ ਐੱਚ ਡੀ ਕੀਤੀ, ਸਾਰਾ ਕੁਛ ਕਰਕੇ ਅਤੇ ਹੁਣ ਤੁਹਾਡੇ ਸਾਹਮਣੇ ਪ੍ਰੋਫੈਸਰੀ ਕੀਤੀ। 36 ਸਾਲ ਹੈੱਡ ਰਹੇ, ਡਾਇਰੈਕਟਰ ਰਹੇ, ਡੀਨ ਰਹੇ, ਸਿੰਡੀਕੇਟ ਦੇ ਮੈਂਬਰ ਰਹੇ, ਇਹ ਸਾਰਾ ਕੁਛ ਹੋ ਗਿਆ। ਪਰ ਉਹ ਪੰਡਿਤ ਨਹੀਂ ਮੈਨੂੰ ਭੁੱਲਦਾ, ਜਿਹਨੇ ਮੈਨੂੰ ਇਹ ਕਿਹਾ ਸੀ ਵੀ ਵਿੱਦਿਆ ਦਾ ਯੋਗ ਨਹੀਂ ਇਹਦੇ। ਹੁਣ ਜੇ ਕਿਤੇ ਅੱਜ ਮਿਲ ਜੇ ਤੁਸੀਂ ਉਹਦਾ ਹਾਲ ਦੇਖੋ ਕੀ ਹੋਵੇ। ਚਲੋ ਉਹ ਤਾਂ ਚਲਿਆ ਗਿਆ, ਇਹੀ ਗੱਲ ਮੈਨੂੰ ਹੁਣ ਵਿਚਾਰੀ ਉਹ ਚਲੇ ਗਈ ਇਸ ਦੁਨੀਆ ਤੋਂ, ਕੁਲਜੀਤ ਕਪੂਰ। ਹੁਣ ਉਹਦੇ ਜਾਣ ਦਾ ਦੁੱਖ ਵੀ ਹੈ, ਪਰ ਇਹ ਗੱਲ ਮੇਰੇ ਯਾਦ ਆ ਗਈ ਅਤੇ ਤਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਰ ਮੈਂ ਇੱਕ ਗੱਲ ਕਹਿਣਾ, ਜਿਹੜੇ ਲੋਕ ਇਸ ਤਰ੍ਹਾਂ ਦਾ ਵਿਸ਼ਵਾਸ ਕਰਦੇ ਨੇ ਉਹਨਾਂ ਲਈ ਇਹ ਕਹਾਣੀ ਜਿਹੜੀ ਬਹੁਤ ਦਿਲਚਸਪ ਹੋ ਸਕਦੀ ਹੈ ਕਿ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਵਿਸ਼ਵਾਸ ਨਹੀਂ ਹੁੰਦਾ। ਗੱਲ ਤਾਂ ਸਾਰੀ ਤੋਂ ਸਾਰੀ ਕੰਮ 'ਤੇ, ਮਿਹਨਤ 'ਤੇ ਪਈ ਹੈ। ਮਿਹਨਤ ਕਰੋਗੇ ਤਾਂ ਉਹਦਾ ਫਲ ਮਿਲਣਾ ਹੀ ਮਿਲਣਾ ਹੈ। ਨੇਚਰ ਹੈ, ਨੇਚਰ ਦਾ ਲੋਅ ਵੀ ਉਵੇਂ ਕੰਮ ਕਰਦਾ, ਜੋ ਬੀਜੋਗੇ ਉਹੀ ਵੱਢਾਂਗੇ। ਮਤਲਬ ਤੁਸੀਂ ਜਿੱਥੇ ਮਰਜ਼ੀ ਲਾਗੂ ਕਰ ਲਓ, ਤੁਸੀਂ ਕਿਸੇ ਦਾ ਸਤਿਕਾਰ ਕਰੋ ਤੁਹਾਨੂੰ ਸਤਿਕਾਰ ਮਿਲ ਜੂ, ਪਿਆਰ ਕਰੋ ਪਿਆਰ ਮਿਲ ਜੂ, ਅਤੇ ਕੰਮ ਕਰੋ ਰਿਵਾਰਡ ਮਿਲ ਜੂ। ਅਤੇ ਹੁਣ ਜੇ ਪੜ੍ਹੇ ਤਾਂ ਰਿਵਾਰਡ ਵੀ ਮਿਲਿਆ ਤੁਹਾਡੇ ਸਾਹਮਣੇ ਹੈ, ਅਤੇ ਪੱਤਰਕਾਰੀ ਕੀਤੀ, ਰੇਡੀਓ ਚਲਾਏ, ਰੇਡੀਓ ਦੇ ਨਾਲ ਟੈਲੀਵਿਜ਼ਨ 'ਤੇ ਹੁਣ ਤੁਹਾਡੇ ਸਾਹਮਣੇ 2-3 ਪ੍ਰੋਗਰਾਮ ਡੇਲੀ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਆਉਂਦੇ ਨੇ। ਤੋ ਇਹ ਸਾਰਾ ਕੁਛ ਮੈਂ ਜਦੋਂ ਕਰਕੇ ਦੇਖਿਆ ਜਾਂ ਕਿਤਾਬਾਂ ਲਿਖੀਆਂ, ਅਤੇ ਖਾਸ ਤੌਰ 'ਤੇ ਇਹ ਗੱਲ ਬ੍ਰਦਰ ਨੇ ਯਾਦ ਕਰਾਈ ਜਦੋਂ ਮੈਨੂੰ ਸ਼੍ਰੋਮਣੀ ਪੱਤਰਕਾਰੀ ਦਾ ਅਵਾਰਡ ਡਿਕਲੇਅਰ ਹੋਇਆ, ਅਤੇ ਇਹ ਕਹਿੰਦਾ ਹੁਣ ਪੰਡਿਤ ਨੂੰ ਪੁੱਛੀਏ। ਮੈਂ ਕਿਹਾ ਇਹ ਗੱਲ ਮੈਂ ਵੀ ਯਾਦ ਕੀਤੀ ਸੀ। ਸੋ ਗੱਲਾਂ ਜਿਹੜੀਆਂ ਨੇ ਯਾਦ ਰਹਿੰਦੀਆਂ ਨੇ, ਪਰ ਉਹ 'ਚ ਸਬਕ ਜਿਹੜਾ ਹੈ ਜ਼ਰੂਰ ਸਿੱਖਣਾ ਚਾਹੀਦਾ। ਮੈਂ ਤਾਂ ਸਿੱਖਿਆ ਇਹ ਪੰਡਤਾਂ ਦੇ ਨਹੀਂ ਰਹਿਣਾ ਚਾਹੀਦਾ। ਜਦੋਂ ਅਸੀਂ ਅਖਬਾਰਾਂ 'ਚ ਸ਼ੁਰੂ ਹੋਏ ਨਾ ਲਿਖਣਾ ਜਾਂ ਅਖਬਾਰ ਕੱਢਣੇ, ਬੜੇ ਲੋਕ ਸਾਡੇ ਕੋਲ ਆਉਂਦੇ ਸੀ, ਅਤੇ ਆਹ ਕਨੇਡਾ ਵਾਲੇ ਤਾਂ ਮੈਨੂੰ ਹੈਰਾਨੀ ਹੁੰਦੀ ਹੈ, ਲਗਭਗ ਹਰ ਇੱਕ ਅਖਬਾਰ 'ਚ ਇਹੋ ਜਿਹਾ ਕੁਛ ਚੱਲਦਾ, ਅਤੇ ਟੈਲੀਫੋਨ ਨੰਬਰ ਦੇ ਦਿੰਦੇ ਨੇ। ਅਤੇ ਉੱਥੇ ਬੀਬਾ ਕੁਲਜੀਤ ਕਪੂਰ ਜੀ ਵੀ ਇਸੇ ਤਰ੍ਹਾਂ ਮੈਨੂੰ, ਅਸਲ ਉਹਨਾਂ ਦਾ ਤਾਂ ਇਹੀ ਇਸ਼ਾਰਾ ਸੀ, ਪਰ ਮੈਂ ਕਿਉਂਕਿ ਬਿਲਕੁਲ ਡਿਫਰੈਂਟ ਸੋਚਦਾ ਸੀ, ਤੋ ਉਸ ਸੋਚ ਨੂੰ ਮੈਂ ਬਰਕਰਾਰ ਰੱਖਿਆ ਕਿ ਮੈਂ ਨਹੀਂ ਮੰਨਦਾ, ਅਤੇ ਅੱਜ ਮੈਂ ਤੁਹਾਡੇ ਸਾਹਮਣੇ ਹਾਂ। ਅਤੇ ਮੈਂ ਸਿਰਫ ਇਹ ਸਟੋਰੀ ਇਸ ਕਰਕੇ ਸੁਣਾਈ ਹੈ ਵੀ ਜਿਹੜੇ ਵੀ ਪੇਰੈਂਟਸ, ਜਿਹੜੇ ਵੀ ਬੱਚੇ ਆ ਕੁੰਡਲੀਆਂ ਬਣਾਉਂਦੇ ਨੇ ਜਾਂ ਜਿਹੜਾ ਆਹ ਕੁਛ ਕਰਦੇ ਨੇ, ਭਾਈ ਦੇਖ ਲਓ, ਮੇਰੇ ਵਾਲੇ ਕੇਸ 'ਚ ਤਾਂ ਸਾਰਾ ਕੁਛ ਗਲਤ ਨਿਕਲਿਆ, ਬਾਕੀ ਤੁਸੀਂ ਆਪ ਸਿਆਣੇ ਹੋ। ਪਿਆਰੇ ਦਰਸ਼ਕੋ, ਅੱਜ ਇੰਨਾ ਹੀ, ਬਸ ਇੰਨੀ ਗੱਲ ਕਹਿਣੀ ਹੈ। ਜੇ ਤੁਹਾਨੂੰ ਲੱਗਦਾ ਕਿ ਇਹ ਜੋ ਮੈਂ ਐਫਰਟ ਕਰ ਰਿਹਾ ਇਹ ਠੀਕ ਹੈ, ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ।